हाय फ्रेंड्स वेलकम कर दिए ਤੁਹਾਡਾ ਸਾਰਾ ਇਹ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਦੋ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਵੈਕੈਂਸੀਜ਼ ਆ ਜਿਹੜੀਆਂ ਆਊਟ ਕੀਤੀਆਂ ਜਾ ਚੁੱਕੀਆਂ ਆ ਔਰ ਰੈਗੂਲਰ ਵੈਕੈਂਸੀਜ਼ ਆ ਕੋਈ ਇਹਦੇ ਵਿੱਚ ਟੈਂਪਰੇਰੀ ਬੇਸਿਸ ਵੈਕੈਂਸੀਜ਼ ਨਹੀਂ ਹੈਗੀਆਂ ਹਰ ਇੱਕ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਦੀ ਵੈਕੈਂਸੀਜ਼ ਆਈਆਂ ਹੋਈਆਂ 10ਵੀਂ 12ਵੀਂ ਆਈਟੀ ਗ੍ਰੈਜੂਏਟ ਐਂਡ ਅਦਰਸ ਵਾਸਤੇ ਜਿਹੜੀਆਂ ਇਹਦੇ ਵਿੱਚ ਵੈਕੈਂਸੀਜ਼ ਆ ਆਊਟ ਕਰ ਦਿੱਤੇ ਗਏ ਆ ਸੋ ਕਿਵੇਂ ਤੁਸੀਂ ਇਹਦੇ ਵਾਸਤੇ ਅਪਲਾਈ ਕਰਨਾ ਹੈ ਕਿ ਕੀ ਇਹਦੇ ਵਿੱਚ ਰਾਨ ਅਲੀ ਹੈ ਸਾਰਾ ਮੈਂ ਤੁਹਾਨੂੰ ਬਰੀਫ ਚ ਦੱਸਾਂਗੀ ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਪ੍ਰਤੀ ਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਆਫੀਸ਼ੀਅਲ ਨੋਟੀਫਿਕੇਸ਼ਨ ਪੀਡੀਐਫ ਦੇ ਨਾਲ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਇਹਨਾਂ ਤੁਹਾਨੂੰ ਹਰ ਇੱਕ ਨੋਟੀਫਿਕੇਸ਼ਨ ਟਾਈਮ ਤੇ ਮਿਲਦਾ ਰਹੇਗਾ ਜਦਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਇਸ ਰਿਕਰੂਟਮੈਂਟ ਤੋਂ ਇਲਾਵਾ ਇੱਕ ਤੋਂ ਦੋ ਹੋਰ ਨੋਟੀਫਿਕੇਸ਼ਨ ਆਊਟ ਕਰ ਦਿੱਤੇ ਗਏ ਆ ਜਿਹੜੇ ਕਿ ਮੈਂ ਚੈਨਲ ਤੇ ਵੀਡੀਓ ਕੱਲ ਅਪਲੋਡ ਕਰ ਦਿੱਤੇ ਆ ਆਈ ਹੋਪ ਤੁਸੀਂ ਉਹ ਵੈਕੈਂਸੀ ਚੈੱਕ ਕਰ ਲਈਤੀਆ ਹੋਂਗੇ ਜੇਕਰ ਤੁਸੀਂ ਉਹਨਾਂ ਵਾਸਤੇ ਇਲੀਜੀਬਲ ਹੈ ਤੇ ਹੁਣ ਆਪਾਂ ਗੱਲ ਕਰਦੇ ਰਿਕਰੂਟਮੈਂਟ ਜਿਹੜੀ ਰੀਸੈਂਟਲੀ ਆਈ ਹੋਈ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ 518 ਵੈਕੈਂਸੀਜ਼ ਆ ਜਿਹੜੀਆਂ ਆਊਟ ਕਰ ਦਿੱਤੇ ਗਏ ਆ ਇਦੇ ਵਾਸਤੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਕੀ ਐਲੀਜੀਬਿਲਟੀ ਰਹਿਣ ਵਾਲੀ ਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਚਲਾਂਗੇ ਪਹਿਲੇ ਨੋਟੀਫਿਕੇਸ਼ਨ ਦੇ ਉੱਤੇ ਫਿਰ ਮੈਂ ਤੁਹਾਨੂੰ ਦੱਸੂਗੀ ਸੈਕੰਡ ਨੋਟੀਫਿਕੇਸ਼ਨ ਦੇ ਬਾਰੇ ਜਿਹੜੀ ਹੈ ਕਿ 518 ਦੇ ਨੇਅਰਬਾਊਟ ਵੈਕੈਂਸੀਸ ਹੈ ਆਊਟ ਕਰ ਦਿੱਤੀ ਗਈਆਂ ਹਰੇਕ ਕੁਆਲਿਫਿਕੇਸ਼ਨ ਦੇ ਹਿਸਾਬ ਨਾਲ ਬਾਕੀ ਪੰਜਾਬ ਦੇ ਕਿਸੇ ਵੀ ਜੋਬ ਦੀ ਤੁਸੀਂ ਤਿਆਰੀ ਕਰ ਰਹੇ ਹੋ ਕੋਈ ਪ੍ਰੋਬਲਮ ਤੁਹਾਨੂੰ ਫੇਸ ਨਹੀਂ ਕਰਨੀ ਪਊਗੀ ਤੁਸੀਂ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਓ ਤੇ ਡਾਊਨਲੋਡ ਕਰ ਸਕਦੇ ਆ ਪੀਡੀਐਫ ਫਾਰਮੈਟ ਦੇ ਵਿੱਚ ਪੀਡੀਐਫ ਫਾਰਮੈਟ ਵਿੱਚ ਇਹ ਵੀ ਫਾਇਦਾ ਹੁੰਦਾ ਹੈ ਤੁਸੀਂ ਕਿਤੇ ਜਾ ਰਹੇ ਹੋ ਤੁਹਾਨੂੰ ਕਿ ਬ ਨਹੀਂ ਹੈ ਉਹਨੂੰ ਤੁਸੀਂ ਐਜ਼ ਇਟ ਇਜ਼ ਆਪਣੇ ਕੋਲ ਰੱਖ ਸਕਦੇ ਆ ਪੀਡੀਐਫ ਨੂੰ ਤਾਂ ਹੁਣ ਮੈਂ ਤੁਹਾਨੂੰ ਲੈ ਚੱਲਦੀ ਸਭ ਤੋਂ ਪਹਿਲਾਂ ਪਹਿਲੀ ਨੋਟੀਫਿਕੇਸ਼ਨ ਤੇ ਫਿਰ ਚਲਾਂਗੇ ਆਪਾਂ ਸੈਕਿੰਡ ਨੋਟੀਫਿਕੇਸ਼ਨ ਤੇ ਤੁਸੀਂ ਦੇਖ ਸਕਦੇ ਆਪਾਂ ਫਰਸਟ ਨੋਟੀਫਿਕੇਸ਼ਨ ਦੇ ਉੱਤੇ ਆ ਚੁੱਕੇ ਆਂ ਅਗਰ ਐਡਵਰਟਾਈਜ਼ਮੈਂਟ ਨੰਬਰ ਦੀ ਗੱਲ ਕਰੀਏ ਤਾਂ CRA ਨੰਬਰ ਜਿਹੜਾ 10/2021 ਹੈ ਇਹਦੇ ਵਿੱਚ ਹਰ ਇੱਕ ਕੁਆਲਿਫਿਕੇਸ਼ਨ ਦੇ ਅਕੋਰਡਿੰਗ ਦੀ ਵੈਕੈਂਸੀਜ਼ ਆਈਆਂ ਹੋਈਆਂ ਹਨ 10th 12th ITI ਗ੍ਰੈਜੂਏਟ BE BTech ਐਂਡ ਆਦਰਸ ਵਾਸਤੇ ਵੈਕੈਂਸੀਜ਼ ਹੈ ਜਿਹਦੇ ਵਿੱਚ ਅਪਲਾਈ ਕਰਨਾ ਸ਼ੁਰੂ ਹੋ ਗਿਆ ਹੈ 26 April 2021 ਵੇਰੇ 10 ਵਜੇ ਤੋਂ ਆਖਰੀ ਤਰੀਕ ਅਪਲਾਈ ਕਰਨ ਦੀ 17 May 2021 ਆ ਤੇ ਉਸ ਤੋਂ ਬਾਅਦ ਜਿਹੜੀ ਐਪਲੀਕੇਸ਼ਨ ਫੀ ਜੇ ਅਗਰ ਤੁਸੀਂ ਸਟੇਟ ਬੈਂਕ ਆਫ ਇੰਡੀਆ ਤੋਂ ਕਰਵਾ ਰਹੇ ਹੋ ਤਾਂ ਉਹਦੇ ਵਾਸਤੇ ਜਿਹੜੀ ਕ੍ਰਾਈਟਰੀਆ ਅਪਲਾਈ ਕਰਦੀ ਹੈ ਗਿਆ 19 ਮਈ 2021 ਉਹ ਵੀ ਜਿਹੜੇ ਬਿਨਸ ਆਰਸ ਆ ਉਹਦੇ ਵਿੱਚ ਤੁਸੀਂ ਜਿਹੜੀਆਂ ਫੀ ਕਰਵਾ ਸਕਦੇ ਆ ਹੁਣ ਆਪਾਂ ਰਿਕਰੂਟਮੈਂਟ ਦੀ ਗੱਲ ਕਰਦੇ ਆ 8 ਤੋਂ 9 ਟਾਈਪ ਦੀ ਵੈਕੈਂਸੀਸ ਆਊਟ ਕੀਤੀਆਂ ਗਿਆ ਮੈਂ ਤੁਹਾਨੂੰ ਪ੍ਰੋਪਰ ਦੱਸਾਂਗੀ ਕਿ ਕਿਹਦੇ ਵਾਸਤੇ ਕੀ ਕੰਪਲੀਟ ਕ੍ਰਾਈਟੇਰੀਆ ਆ ਔਰ ਇਸ ਤੋਂ ਇਲਾਵਾ ਸਿਲੈਕਸ਼ਨ ਤੁਹਾਡੇ ਕਿਵੇਂ ਹੋਊਗੀ ਸਭ ਤੋਂ ਪਹਿਲੀ ਜਿਹੜੀ ਪੋਸਟ ਹੈ ਉਹ ਹੈਗੀ ਅਸਿਸਟੈਂਟ ਇੰਜੀਨੀਅਰ OT ਇਲੈਕਟ੍ਰੀਕਲ ਦੀ ਜਿਹਦੇ ਵਿੱਚ 43 ਵੈਕੈਂਸੀਜ਼ ਹਨ ਇਹਨਾਂ ਨੇ ਆਊਟ ਕਰ ਦਿੱਤੀਆਂ ਹਨ ਇਹਦੇ ਵਿੱਚ ਤੁਸੀਂ ਫੁੱਲ ਟਾਈਮ BE, BTech ਜਾਂ ਫਿਰ BSC ਡਿਗਰੀ ਕੀਤੀ ਹੋਈ ਹੈ ਇਲੈਕਟ੍ਰੀਕਲ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਆ ਜੇਕਰ ਤੁਹਾਡੇ ਕੋਲ ਇਹ एलिजिਬਿਲਟੀ ਨਹੀਂ ਹੈ ਤਾਂ ਇਹਨਾਂ ਨੇ ਔਰ ਲਗਾ ਰੱਖਿਆ ਤੁਸੀਂ ਦੇਖ ਸਕਦੇ ਆ ਇਲੈਕਟ੍ਰੀਕਲ ਜਾਂ ਫਿਰ ਇਲੈਕਟ੍ਰੋਨਿਕ ਇੰਜੀਨੀਅਰਿੰਗ ਤੁਸੀਂ 60% ਮਾਰਕਸ ਦੇ ਨਾਲ ਕੀਤੀ ਹੈ ਤਾਂ ਵੀ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਜਾਂ ਇਹਦੇ ਇਕੁਅਲ ਕੋਈ ਵੀ ਤੁਹਾਡੇ ਕੋਲ ਕੁਆਲਿਫਿਕੇਸ਼ਨ ਹੈਗੀ ਆ ਤਾਂ ਵੀ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਇਹਨਾਂ ਨੇ ਇਥੇ ਵੀ ਮੈਂਸ਼ਨ ਕੀਤੇ ਆ ਜੇ ਤੁਸੀਂ ਐਮਆਈਈ ਵਿਦ 60% ਮਾਰਕਸ ਕੀਤਾ ਹੋਇਆ ਹੈ ਇੰਸਟੀਚਿਊਟ ਆਫ ਇੰਜੀਨੀਅਰ ਇੰਡੀਆ ਕੋਲਕਾਤਾ ਤੋਂ ਇਹ ਪੰਜਾਬ ਵਾਸਤੇ ਵੈਕੈਂਸੀਜ਼ ਪੀਐਸਟੀਸੀਲ ਨੇ ਆਊਟ ਕੀਤੀਆਂ ਹਨ ਬਟ ਤੁਸੀਂ ਇਥੋਂ ਵੀ ਅਗਰ ਕੀਤਾ ਤਾਂ ਤੁਸੀਂ ਇਹਦੇ ਵਾਸਤੇ ਅਪਲਾਈ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸੈਕੰਡ ਪੋਸਟ ਜਿਹੜੀ ਆਊਟ ਕੀਤੀ ਗਈ ਹੈ ਉਹ ਹੈਗੀ ਐਸਿਸਟੈਂਟ ਇੰਜੀਨੀਅਰ ਆਰਟੀ ਸਿਵਲ ਦੀ ਆ ਪਹਿਲਾਂ ਸੀ ਇਲੈਕਟ੍ਰੀਕਲ ਦੀ ਹੁਣ ਹੈਗੀ ਸਿਵਲ ਦੀ ਆ ਤੁਸੀਂ ਆਪ ਹੀ ਸਮਝ ਸਾਦੇ ਤੁਸੀਂ ਬੀਈ ਬੀਟੈਕ ਸਿਵਲ ਦੇ ਵਿੱਚ ਕੀਤੀ ਹੈ ਤਾਂ ਤੁਸੀਂ ਇਹਨਾਂ ਵੈਕੈਂਸੀਜ਼ ਵਾਸਤੇ ਅਪਲਾਈ ਕਰ ਸਕਦੇ ਆ ਮਿਨੀਮਮ 60% ਮਾਰਕਸ ਦੇ ਨਾਲ ਨੈਕਸਟ ਜਿਹੜੀ ਪੋਸਟ ਹੈ ਅਕਾਊਂਟ ਆਫੀਸਰ ਦੀ ਹੈ ਇਹਦੇ ਵਾਸਤੇ ਸੀਏ ਸੀਡਬਲਯੂਏ ਸੀਐਮਏ ਤੁਸੀਂ ਕੀਤੀ ਹੈ ਅਪਲਾਈ ਕਰ ਸਕਦੇ ਆ ਅਗਲੀ ਜਿਹੜੀ ਪੋਸਟ ਹੈ ਅਸਿਸਟੈਂਟ ਮੈਨੇਜਰ ਐਚਆਰ ਦੀ ਹੈ ਤੁਸੀਂ 2 ਸਾਲ ਦੀ ਫੁੱਲ ਟਾਈਮ ਰੈਗੂਲਰ ਜਿਹੜੀ ਐਮਬੀਏ ਡਿਗਰੀ ਕੀਤੀ ਹੋਈ ਆ ਜਾਂ ਫਿਰ ਪੀਜੀ ਡਿਪਲੋਮਾ ਕੀਤਾ ਹੋਇਆ ਆ ਆ ਐਆਈਸੀਟੀਈ ਦੇ ਵਿੱਚ ਉਹ ਵੱਤੋਂ ਦੇ ਸਾਈਟ ਤੋਂ ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਔਰ ਮਿਨੀਮਮ ਜਿਹੜੇ 60% ਮਾਰਕਸ ਇਹਦੇ ਵਾਸਤੇ ਵੀ ਜਿਹੜੇ ਆ ਉਹ ਇੰਪੋਰਟੈਂਟ ਨੇ ਉਸ ਤੋਂ ਇਲਾਵਾ ਜੇ ਤੁਸੀਂ ਵਰਕਿੰਗ ਹੋ ਪੀਐਸਪੀਸੀਆ ਜਾਂ ਫਿਰ ਪੀਐਸਟੀਐਲ ਦੇ ਵਿੱਚ ਤਾਂ ਤੁਸੀਂ ਵੀ ਇਹਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਆ ਵੈਸੇ ਸਾਰੀ ਇਹ ਵੈਕੈਂਸੀ ਜਿਹੜੀਆਂ ਨੇ ਫਰੈਸ਼ਰ ਵਾਸਤੇ ਆਊਟ ਕੀਤੀਆਂ ਹੋਈਆਂ ਆ ਅਗਲੀ ਜਿਹੜੀ ਪੋਸਟ ਹੈ ਅਸਿਸਟੈਂਟ ਮੈਨੇਜਰ ਆਈਟੀ ਵਾਸਤੇ ਆ ਇਹਦੇ ਵਿੱਚ ਤੁਸੀਂ ਬੀਈ ਬੀਟੈਕ ਕੰਪਿਊਟਰ ਸਾਇੰਸ ਆਈਟੀ ਦੇ ਵਿੱਚ ਕੀਤੀ ਹੈ 60% ਮਾਰਕਸ ਦੇ ਨਾਲ ਤਾਂ ਤੁਸੀਂ ਜਿਹੜਾ ਅਪਲਾਈ ਕਰ ਸਕਦੇ ਆ ਇਹ ਦੇ ਇਕੁਅਲ ਤੁਸੀਂ ਕੋਈ ਵੀ ਕੋਲਿਜ ਦੀ ਤੁਹਾਡੇ ਕੋਲ ਹੈਗੀ ਆ ਆਈਟੀ ਹੈ ਕੰਪਿਊਟਰ ਸਾਇੰਸ ਨਾਲ ਰਿਲੇਟਡ ਤਾਂ ਵੀ ਤੁਸੀਂ ਇਹਨਾਂ ਵੈਕੈਂਸੀਜ਼ ਵਾਸਤੇ ਅਪਲਾਈ ਕਰ ਸਕਦੇ ਆ ਅਗਰ ਤੁਸੀਂ ਬੀਈ ਬੀਟੈਕ ਨਹੀਂ ਕੀਤੀ ਤਾਂ ਤੁਸੀਂ ਜੇ ਫੁੱਲ ਟਾਈਮ ਐਮਸੀਏ ਵੀ ਕੀਤੀ ਹੋਈ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਆ 60% ਨੰਬਰਾਂ ਦੇ ਨਾਲ ਜਾਂ ਫਿਰ ਤੁਸੀਂ ਜਿਹੜੀ ਆ ਫੁੱਲ ਟਾਈਮ ਮਾਸਟਰ ਡਿਗਰੀ ਆਈਟੀ ਦੇ ਵਿੱਚ ਕੀਤੀ ਹੈ 60% ਮਾਰਕਸ ਦੇ ਨਾਲ ਤਾਂ ਵੀ ਦੀ ਅਪਲਾਈ ਕਰ ਸਕਦੇ ਆ ਅਗਲੀ ਜਿਹੜੀ ਪੋਸਟ ਹੈ ਉਹ ਡੀਏ ਦੀ ਹੈ ਮੀਨਸ ਡਿਵੀਜ਼ਨਲ ਅਕਾਊਂਟੈਂਟ ਦੀ ਇਹਦੇ ਵਾਸਤੇ ਤੁਸੀਂ ਫੁੱਲ ਟਾਈਮ ਰੈਗੂਲਰ ਜਿਹੜੀ ਬੀਕਾਮ ਕੀਤੀ ਹੋਈ ਹੈ 60% ਮਾਰਕਸ ਦੇ ਨਾਲ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਇਹਦੇ ਵਾਸਤੇ ਇਹਨਾਂ ਨੇ ਔਰ ਵੀ ਲਗਾ ਰੱਖਿਆ ਅਗਰ ਤੁਸੀਂ ਐਮਕੋਮ ਕੀਤੀ ਹੋਈ ਹੈ 50% ਮਾਰਕਸ ਦੇ ਨਾਲ ਕਈ ਵਾਰ ਹੁੰਦਾ ਹੈ ਕਿ ਤੁਸੀਂ ਗ੍ਰੈਜੂਏਸ਼ਨ ਵੀ ਕੀਤੀ ਹੈ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੈ ਬਟ ਤੁਹਾਡੇ ਬੀਕਾਮ ਦੇ ਵਿੱਚ ਅੰਡਰ 60% ਮਾਰਕਸ ਨੇ ਔਰ ਤੁਹਾਡੇ ਜਿਹੜੀ ਐਮਕੋਮ ਹੈ ਉਹਦੇ ਵਿੱਚ 50% ਮਾਰਕਸ ਹੈ ਉਸ ਕੰਡੀਸ਼ਨ ਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ 6 ਮਾਰਕਸ ਜਿਹੜੀਆਂ ਬੀਕੋਮ ਦੇ ਵਿੱਚ ਰਿਕੁਆਇਰਡ ਨਹੀਂ ਹੈ ਅਗਲੀ ਜਿਹੜੀ ਪੋਸਟ ਆਊਟ ਕੀਤੀ ਗਈ ਹੈ ਉਹ ਹੈਗੀ ਹੈ ਜੂਨੀਅਰ ਇੰਜੀਨੀਅਰ ਸਬਸਟੇਸ਼ਨ ਦੀ ਇਹਦੇ ਵਾਸਤੇ ਤੁਸੀਂ ਜਿਹੜਾ ਫੁੱਲ ਟਾਈਮ ਰੈਗੂਲਰ ਡਿਪਲੋਮਾ ਕੀਤਾ ਹੋਇਆ ਹੈ 3 ਤੋਂ 4 ਸਾਲ ਦਾ ਇਲੈਕਟ੍ਰੀਕਲ ਦੇ ਵਿੱਚ ਇਲੈਕਟ੍ਰੋਨਿਕਸ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਆ 60% ਮਾਰਕਸ ਦੇ ਨਾਲ ਜਾਂ ਫਿਰ ਅਗਰ BE, BTech ਜਾਂ BSc ਇੰਜੀਨੀਅਰਿੰਗ ਤੁਸੀਂ ਕੀਤੀ ਹੋਈ ਹੈ ਇਲੈਕਟ੍ਰੀਕਲ ਦੇ ਵਿੱਚ ਤਾਂ ਵੀ ਤੁਸੀਂ ਇਹਨਾਂ ਵੈਕੈਂਸੀਜ਼ ਵਾਸਤੇ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਆ ਅਗਲੀ ਜਿਹੜੀ ਪੋਸਟ ਇਹਨਾਂ ਨੇ ਆਊਟ ਕੀਤੀ ਆ ਉਹ ਹੈਗੀ ਆ ਜੂਨੀਅਰ ਇੰਜੀਨੀਅਰ ਸਿਵਲ ਵਾਸਤੇ ਇਹਦੇ ਵਾਸਤੇ ਤੁਸੀਂ ਤਿੰਨ ਤੋਂ 4 ਸਾਲ ਦਾ ਡਿਪਲੋਮਾ ਸਿਵਲ ਤੇ ਕੀਤਾ ਹੈ ਤੁਸੀਂ ਅਪਲਾਈ ਕਰ ਸਕਦੇ 60% ਮਾਰਕਸ ਦੇ ਨਾਲ ਜੀ ਇਹ एलिजिबिलिटी ਨਹੀਂ ਹੈ ਜਿਨ੍ਹਾਂ ਕੈਂਡੀਡੇਟ ਨੇ BE BTech ਜਾਂ ਫਿਰ BSC ਇੰਜੀਨੀਅਰਿੰਗ ਸਿਵਲ ਦੇ ਵਿੱਚ ਕੀਤੀ ਹੋਈ ਹੈ 50% ਮਾਰਕਸ ਦੇ ਨਾਲ ਉਹ ਵੀ ਕੈਂਡੀਡੇਟ ਇਹਨਾਂ ਵਾਸਤੇ एलिजिਬਲ ਹੈ ਤੇ ਅਪਲਾਈ ਕਰ ਸਕਦੇ ਆ ਅਗਲੀ ਜਿਹੜੀ ਪੋਸਟ ਹੈ ਜੂਨੀਅਰ ਇੰਜੀਨੀਅਰ ਕਮਿਊਨੀਕੇਸ਼ਨ ਦੇ ਵਿੱਚ ਹੈ ਤੁਸੀਂ ਨਾਮ ਤੋਂ ਹੀ ਸਮਝ ਸਾਦੇ ਜਿਵੇਂ ਸਿਵਲ ਦੇ ਵਿੱਚ ਤਿੰਨ ਤੋਂ ਚਾਰ ਸਾਲ ਦਾ ਡਿਪਲੋਮਾ ਸਿਵਲ ਚ ਮੰਗਿਆ ਸੇਮ ਐਜ਼ ਆਈ ਇਹਦੇ ਵਿੱਚ ਇਲੈਕਟ੍ਰੋਨਿਕਸ ਜਾਂ ਫਿਰ ਟੈਲੀਕਮਿਊਨੀਕੇਸ਼ਨ ਦੇ ਵਿੱਚ ਤੁਸੀਂ ਡਿਪਲੋਮਾ ਕੀਤਾ ਹੋਇਆ ਤਿੰਨ ਤੋਂ ਚਾਰ ਸਾਲ ਦਾ ਔਰ ਤੁਸੀਂ ਅਪਲਾਈ ਕਰ ਸਕਦੇ ਆ ਔਰ ਇਸ ਤੋਂ ਇਲਾਵਾ ਜੇ ਇਹ एलिजिਬਿਲਟੀ ਨਹੀਂ ਹੈ BE BTech ਜਾਂ ਫਿਰ BSc ਇੰਜੀਨੀਅਰਿੰਗ ਤੁਸੀਂ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਦੇ ਵਿੱਚ ਕੀਤੀ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਆ ਨੈਕਸਟ ਜਿਹੜੀ ਪੋਸਟ ਹੈ ਟੈਲੀਫੋਨ ਮੈਕੈਨਿਕ ਦੀ ਆ ਇਹਦੇ ਵਿੱਚ ਤੁਸੀਂ 10th ITI ਕੀਤੀ ਹੋਈ ਆ ਰੇਡੀਓ ਮੈਕੈਨਿਕ ਜਾਂ ਫਿਰ ਵਾਇਰਲੈਸ ਮੈਕੈਨਿਕ ਟਰੇਡ ਦੇ ਵਿੱਚ ਤਾਂ ਤੁਸੀਂ ਇਸ ਪੋਸਟ ਵਾਸਤੇ ਅਪਲਾਈ ਕਰ ਸਕਦੇ ਆ ਨੈਕਸਟ ਜਿਹੜੀ ਪੋਸਟ ਹੈ ਇਹਦੇ ਵਿੱਚ ਔਰ ਇਹਨਾਂ ਦੇ ਕੇ ਦੇ ਵਿੱਚ ਇਹ ਵੀ ਕੰਡੀਸ਼ਨ ਦਿੱਤੀ ਹੈ ਜਿਹੜੀ ਟੈਲੀਫੋਨ ਮੈਕੈਨਿਕ ਦੀ ਹੈ ਜੇ ਤੁਸੀਂ 10th ਔਰ ITI ਨਹੀਂ ਕੀਤੀ ਹੋਈ ਹੈ ਰੈਲੇਵੈਂਟ ਡਿਸਪਲਿਨ ਦੇ ਵਿੱਚ ਤੁਸੀਂ ਫੁੱਲ ਟਾਈਮ 3 ਤੋਂ 4 ਸਾਲ ਦਾ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਬੇਸ ਤੇ ਵੀ ਇਹਦੇ ਵਾਸਤੇ ਅਪਲਾਈ ਕਰ ਸਕਦੇ ਆਂ ਅਗਲੀ ਜਿਹੜੀ ਪੋਸਟ ਹੈ ਉਹ ਹੈਗੀ ਹੈ ਲੋਅ ਡਿਵੀਜ਼ਨ ਕਲਰਕ ਦੀ ਵੈਕੈਂਸੀਸ ਹੈ ਇਸ ਪੋਸਟ ਵਾਸਤੇ ਐਨੀ ਗ੍ਰੈਜੂਏਟ ਅਪਲਾਈ ਕਰ ਸਕਤੇ ਆ ਕੋਈ ਪਰਸੈਂਟੇਜ ਵੀ ਇਹਨਾਂ ਨੇ ਜ਼ਿਆਦਾ ਨਹੀਂ ਮੰਗੀ ਆ ਸਿਰਫ ਔਰ ਸਿਰਫ 50% ਮਾਰਕਸ ਦੇ ਨਾਲ ਤੁਸੀਂ ਕੀਤੀ ਹੋਈ ਹੈ ਗ੍ਰੈਜੂਏਸ਼ਨ ਤਾਂ ਤੁਸੀਂ ਇਹਦੇ ਵਾਸਤੇ ਐਲੀਜੀਬਲ ਹੈ ਤੇ ਅਪ ਔਰ ਇਸ ਤੋਂ ਇਲਾਵਾ ਇਹਨਾਂ ਨੇ ਇਹਦੇ ਵਿੱਚ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਦਾ ਜਿਹੜਾ ਮੰਗਿਆ ਹੋਇਆ ਹੈ ਕੋਰਸ ਤੁਸੀਂ ਕੀਤਾ ਹੈ ਤੁਸੀਂ ਅਪਲਾਈ ਕਰ ਸਕਦੇ ਤੇ ਇਸ ਪੋਸਟ ਵਾਸਤੇ 10ਵੀਂ ਤੁਹਾਡੀ ਪੰਜਾਬੀ ਸਬਜੈਕਟ ਨਾਲ ਪਾਸ ਆਊਟ ਹੋਣੀ ਜ਼ਰੂਰੀ ਹੈ ਕਲਰਕ ਦੀ ਪੋਸਟ ਵਾਸਤੇ ਸੇਮ ਅਗਲੀ ਜਿਹੜੀ ਪੋਸਟ ਹੈ ਉਹ ਵੀ ਕਲਰਕ ਦੀ ਆ ਬਟ ਇਹ ਅਕਾਊਂਟਸ ਦੇ ਵਿੱਚ ਹੈ ਤਾਂ ਓਬਵੀਅਸਲੀ ਤੁਸੀਂ ਅਗਰ ਬੀ ਕਾਮ ਕੀਤੀ ਹੈ ਤਾਂ ਤੁਸੀਂ ਇਹਨਾਂ ਵਾਸਤੇ ਐਲੀਜੀਬਲ ਹੈ ਤੇ ਅਪਲਾਈ ਕਰ ਸਕਦੇ ਆ ਤੁਹਾਡੇ ਕੋਲ ਓ ਲੈਵਲ ਦਾ ਸਰਟੀਫਿਕੇਟ ਇਹਦੇ ਵਿੱਚ ਵੀ ਇਹਨਾਂ ਨੇ ਮੰਗਿਆ ਹੋਇਆ ਹੈ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਇਹਨਾਂ ਵੈਕੈਂਸੀਸ ਵਾਸਤੇ ਜਲਦੀ ਤੋਂ ਜਲਦੀ ਜਾ ਕੇ ਅਪਲਾਈ ਕਰਨਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਏਜ ਕਟੇਰੀਆ ਦੀ ਇਹਦੇ ਵਿੱਚ ਏਜ ਕਟੇਰੀਆ ਨੂੰ ਇਹਨਾਂ ਨੇ ਪੋਸਟ ਵਾਈਜ਼ ਡਿਵਾਈਡ ਕਰ ਦਿੱਤਾ ਹੈ ਜਿਵੇਂ ਜਿਹੜੀ ਪੋਸਟ ਏਈਓਟੀ ਇਲੈਕਟ੍ਰੀਕਲ ਏਈਓਟੀ ਸਿਵਲ ਅਕਾਊਂਟ ਆਫੀਸਰ ਅਸਿਸਟੈਂਟ ਮੈਨੇਜਰ ਐਚਆਰ ਜਾਂ ਫਿਰ ਅਸਿਸਟੈਂਟ ਮੈਨੇਜਰ ਆਈਟੀ ਦੀ ਹੈ ਇਹਨਾਂ ਵਾਸਤੇ ਜਿਹੜੀ ਏਜ ਲਿਮਿਟ ਆ ਘੱਟੋ-ਘੱਟ 20 ਵੱਧ ਤੋਂ ਵੱਧ 37 ਹੈ ਤੁਸੀਂ ਅਪਲਾਈ ਕਰੋ ਪਲੱਸ ਰਿਲੈਕਸੇਸ਼ਨ ਤੁਹਾਨੂੰ ਦਿੱਤਾ ਜਾ ਰਿਹਾ ਹੈ OBC ਨੂੰ 3 ਸਾਲ ਦਾ SSC ਨੂੰ 5 ਸਾਲ ਦਾ ਐਂਡ ਅਦਰਸ ਨੂੰ ਐਸ ਪਰ ਨੋਰਮਸ ਰਿਲੈਕਸੇਸ਼ਨ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀਆਂ ਕਲਰਕ ਦੀਆਂ ਪੋਸਟਾਂ ਆਏ ਤੁਸੀਂ ਦੇਖ ਸਕਦੇ ਹੋ ਕਲਰਕ ਦੀਆਂ ਪੋਸਟਾਂ ਹੋ ਗਈਆਂ JE ਦੀਆਂ ਪੋਸਟਾਂ ਸਿਵਲ ਦੀਆਂ ਕਮਿਊਨੀਕੇਸ਼ਨ ਦੀਆਂ ਸਬਸਟੇਸ਼ਨ ਦੀਆਂ ਇਸ ਤੋਂ ਇਲਾਵਾ ਡਿਵੀਜ਼ਨਲ ਅਕਾਊਂਟੈਂਟ ਦੀਆਂ LDC ਟਾਈਪਿਸਟ ਐਂਡ ਅਕਾਊਂਟਸ ਦੀਆਂ ਜਿਹੜੀਆਂ ਪੋਸਟਾਂ ਟੈਲੀਫੋਨ ਮੈਕੈਨਿਕ ਦੀਆਂ ਇਹਦੇ ਵਾਸਤੇ ਉਮਰ ਹੱਦ ਤੁਹਾਡੀ ਘੱਟੋ ਘੱਟ 18 ਵੱਤਵੱਤ 37 ਆ ਤਾਂ ਤੁਸੀਂ ਇਹਨਾਂ ਵਾਸਤੇ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਇਹਦੇ ਵਿੱਚ ਰਿਲੈਕਸੇਸ਼ਨ ਦਿੱਤਾ ਜਾਊਗਾ ਔਰ ਇਹਦੇ ਵਿੱਚ ਇਹਨਾਂ ਨੇ ਮੈਂਸ਼ਨ ਵੀ ਕੀਤਾ ਐ ਐਸਐਸਟੀ ਨੂੰ 5 ਸਾਲ ਦਾ ਔਰ ਬੀਸੀ ਕਲਾਸਿਸ ਨੂੰ ਜਿਹੜਾ ਓਵਰ ਆਲ ਵੀ 5 ਸਾਲ ਦਾ ਰਿਲੈਕਸੇਸ਼ਨ ਦਿੱਤਾ ਜਾ ਰਿਹਾ ਆ ਫਿਜ਼ੀਕਲੀ ਹੈਂਡੀਕੈਪਟ ਕੈਂਡੀਡੇਟ ਨੂੰ 10 ਸਾਲ ਦਾ ਰਿਲੈਕਸੇਸ਼ਨ ਦਿੱਤਾ ਜਾ ਰਿਹਾ ਆ ਬਾਕੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਇਹਨਾਂ ਨੇ ਡਿਵਾਈਡ ਕੀਤਾ ਆ ਉਹ ਤੁਸੀਂ ਆਪਣੇ ਅਕੋਰਡਿੰਗਲੀ ਦੇਖਣਾ ਹੈ ਠੀਕ ਹੈ ਹੁਣ ਆਪਾਂ ਚੱਲਦੇ ਆ ਸਿਲੈਕਸ਼ਨ ਪ੍ਰੋਸੀਜਰ ਦੇ ਉੱਤੇ ਕਿ ਸਿਲੈਕਸ਼ਨ ਜਿਹੜੀ ਆ ਤੁਹਾਡੀ ਇਹ ਇਦੇ ਵਿੱਚ ਦੇਖੋ ਇਹਨਾਂ ਨੇ ਪੋਸਟ ਵਾਈਜ਼ ਦੱਸਿਆ ਹੋਇਆ ਆ ਐਸ ਪਰ ਐਜੂਕੇਸ਼ਨਲ ਕੁਆਲੀਫਿਕੇਸ਼ਨ ਸਬਜੈਕਟ ਇਹਦੇ ਵਿੱਚ ਤੁਹਾਡੇ ਜਿਹੜੇ ਕੁਆਲੀਫਿਕੇਸ਼ਨ ਦੇ ਮਾਰਕਸ ਦੇ ਹਿਸਾਬ ਨਾਲ ਜਿਹੜੀਆਂ 60 ਨੰਬਰ ਜੁੜਨਗੇ ਉਹ ਕਿਸ ਹਿਸਾਬ ਨਾਲ ਉਹਦੀ ਵੇਟੇਜ ਹੋਊਗੀ ਉਹ ਤੁਹਾਨੂੰ ਇਹਨਾਂ ਨੇ ਅੱਗੇ ਦੇਖ ਲੈਣੇ ਮੈਂਸ਼ਨ ਕੀਤਾ ਹੈ ਜਾਂ ਨਹੀਂ ਇਸ ਤੋਂ ਇਲਾਵਾ ਜਿਹੜਾ ਤੁਹਾਡੇ ਇਹਦੇ ਵਿੱਚ ਇਗਜ਼ਾਮ ਰਹੇਗਾ ਇੰਗਲਿਸ਼ ਲੈਂਗੁਏਜ ਦੇ ਵਿੱਚ ਰਹੇਗਾ ਜਰਨਲ ਨੌਲੇਜ ਜਾਂ ਅਵੇਰਨਸ ਜਾਂ ਫਿਰ ਰੀਜ਼ਨਿੰਗ ਨੰਮਰੀਕਲ ਐਬਿਲਿਟੀ ਦੋਨਾਂ ਦੇ ਜਿਹੜੇ 40 ਮਾਰਕਸ ਹੋਣਗੇ ਇੰਗਲਿਸ਼ ਦੇ ਵਿੱਚ ਇਹ ਹੈਗਾ ਅਸਿਸਟੈਂਟ ਓਟੀ ਇਲੈਕਟ੍ਰੀਕਲ ਦੇ ਵਾਸਤੇ ਔਰ ਉਸ ਤੋਂ ਇਲਾਵਾ ਸਿਵਲ ਅਕਾਊਂਟ ਆਫੀਸ ਦੇ ਸਾਰੇ ਵਾਸਤੇ ਇਹਨਾਂ ਨੇ ਦੇਖੋ ਸੇਮ ਹੀ ਹੈ ਸਿਲੇਬਸ ਸੇਮ ਹੈ ਸਿਰਫ ਔਰ ਸਿਰਫ ਕਲਰਕ ਜਿਹੜਾ ਲੋਅ ਡਿਵੀਜ਼ਨ ਕਲਰਕ ਹੈ ਉਹਦੇ ਵਾਸਤੇ ਚੇਂजेस ਨੇ ਉਹਦੇ ਵਾਸਤੇ ਇਹਨਾਂ ਨੇ ਸਟੈਟਿਕ ਜਨਰਲ ਜਿਹੜੇ ਤੁਹਾਡੇ ਸਟੈਟਿਕ ਕਰੰਟ ਅਫੇਅਰਸ ਤੇ ਜਾਂ ਫਿਰ ਜਨਰਲ ਨੋਲੇਜ ਨਾਲ ਰਿਲੇਟਡ ਵੀ ਨੰਬਰ ਹੋਣਗੇ ਉਸ ਤੋਂ ਇਲਾਵਾ ਤੁਹਾਨੂੰ ਬੇਸਿਕ ਕੰਪਿਊਟਰ ਨੋਲੇਜ ਦੇ ਜਿਹੜੇ 10 ਮਾਰਕਸ ਹੋਣਗੇ ਲੋਜੀਕਲ ਰੀਜ਼ਨਿੰਗ ਕੁਆਂਟੀਟੇਟਿਵ ਐਬਿਟਿਊਡ ਦੇ ਨਾਲ ਰਿਲੇਟਡ 25 ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਨੰਮਰਿਕਲ ਐਬਿਟਿਊਡ ਨਾਲ ਰਿਲੇਟਡ 25 ਕੁਐਸਚਨ ਹੋਣਗੇ ਜਨਰਲ ਇੰਗਲਿਸ਼ ਨਾਲ ਰਿਲੇਟਡ ਜਿਹੜਿਆ ਉਹ ਵੀ ਕੁਐਸਚਨ ਤੁਹਾਨੂੰ ਹੋਣਗੇ ਤਾਂ ਉਹਦੇ ਅਕੋਰਡਿੰਗਲੀ ਹੀ ਤੁਸੀਂ ਤੇ ਵਾਸਤੇ ਤਿਆਰੀ ਕਰਨੀ ਆ ਮਤਲਬ ਤੁਹਾਡੇ 100 ਮਾਰਕਸ ਦਾ ਜਿਹੜਾ ਲੋਡ ਡਿਵੀਜ਼ਨ ਕਲਰਕ ਦਾ ਐਗਜ਼ਾਮ ਹੋਊਗਾ ਜਿਹਦਾ ਅਗੇ ਵੀ ਹੁੰਦਾ ਹੀ ਆ ਤੇ ਉਹਦੇ ਅਕੋਰਡਿੰਗਲੀ ਤੁਸੀਂ ਜਿਹੜਾ ਇਹ ਤਿਆਰੀ ਕਰਨੀ ਆ ਉਸ ਤੋਂ ਇਲਾਵਾ ਗੱਲ ਕਰੀਏ ਐਗਜ਼ਾਮ ਹੋਣਾ ਕਰਦਾ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਕਿ ਜਿਹੜਾ ਤੁਹਾਡਾ ਐਗਜ਼ਾਮ ਹੈ ਉਹ ਜੂਨ ਜਾਂ ਫ 2021 ਦੇ ਵਿੱਚ ਆਬੀਅਸ ਦੀ ਅਗਰ ਜੂਨ ਐਂਡ ਦੇ ਵਿੱਚ ਹੋਊਗਾ ਤਾਂ ਜੂਨ ਮਿਡ ਦੇ ਵਿੱਚ ਤੁਹਾਡੇ ਜਿਹੜੇ ਐਡਮਿਟ ਕਾਰਡ ਆ ਜਾਣਗੇ ਜੇ ਜੁਲਾਈ ਦੇ ਵਿੱਚ ਹੋਊਗਾ ਤਾਂ ਉਹਦੇ ਅਕੋਰਡਿੰਗਲੀ ਮਤਲਬ ਇੱਕ ਹਫਤਾ ਪਹਿਲਾਂ ਤੁਹਾਡੇ ਜਿਹੜੇ ਐਡਮਿਟ ਕਾਰਡ ਇਹਨਾਂ ਵਾਸਤੇ ਆ ਹੀ ਜਾਣਗੇ ਉਸ ਤੋਂ ਇਲਾਵਾ ਇਹਨਾਂ ਨੇ ਪਲੇਸਮੈਂਟ ਇੱਥੇ ਮੈਂਸ਼ਨ ਕੀਤੀ ਹੋਈ ਹੈ ਯੈਪ ਜਿਹੜੇ ਕੈਂਡੀਡੇਟ ਦੀ ਸੈLECTION ਹੋਊਗੀ ਉਹ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਉਹਨਾਂ ਨੂੰ ਜਿਹੜਾ ਉਹ ਪਲੇਸਮੈਂਟ ਦੇ ਵਿੱਚ ਦਿੱਤੀ ਜਾ ਸਕਦੀ ਆ ਬਾਕੀ ਇਹਨਾਂ ਨੇ ਥੋੜੇ ਗਾਈਡਲਾਈਨਸ ਇੱਥੇ ਮੈਂਸ਼ਨ ਕੀਤੇ ਆ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਪਹਿਲਾਂ ਇਹਦੀ ਆਫਿਸ ਸਾਈਟ ਤੇ ਵਿਜ਼ਿਟ ਕਰਨਾ ਹੈ ਡਾਇਰੈਕਟਲੀ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਦਿੱਤਾ ਹੋਇਆ ਹੈ ਪੀਐਸਟੀਸੀਐਲ ਦਾ ਵੀ ਇਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਦੋ ਡਿਪਾਰਟਮੈਂਟ ਦੀ ਵੈਕੈਂਸੀਜ਼ ਆ ਸਟਾਈ ਪੋਸਟ ਆਈਗਿਆ ਫਿਸ਼ਰੀਜ਼ ਆਫੀਸਰ ਦੀ ਆ ਪੀਟਪੀਐਸਪੀ ਵੱਲੋਂ ਰਿਲੀਜ਼ ਕਰ ਦਿੱਤੇ ਗਏ ਆ ਉਹਦੇ ਵਾਸਤੇ ਵੀ ਸਾਰੇ ਕੈਂਡੀਡੇਟ ਜਿਹੜਾ ਐਲੀਜੀਬਲ ਐ ਆ ਰਹੀ ਹੋऊंगी ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਤੁਹਾਡੀ ਹਮੇਸ਼ਾ ਦੀ ਤਰ੍ਹਾਂ ਹੈਲਪ ਜਰੂਰ ਕੀਤੀ ਜਾऊंगी ਤਾਂ ਚਲੋ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ ਨਵੀਂ ਇਨਫੋਰਮੇਸ਼ਨ ਨਾਲ ਥੈਂਕਸ ਫॉर ਵਾਚਿੰਗ